हाँ जी, ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੌਬ ਅਲਰਟ ਤੇ। ਦੋਸਤੋ, ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ। ਦੋਸਤੋ, ਅੱਜ ਦਾ ਭਰਤੀ ਸੰਬੰਧੀ ਨੋਟੀਫਿਕੇਸ਼ਨ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਵੱਲੋਂ ਤੁਹਾਡੇ ਲਈ ਲੈ ਕੇ ਆਇਆ। ਰੈਗੂਲਰ ਬੇਸਿਸ ਤੇ ਇਹ ਭਰਤੀ ਆ, ਰੈਗੂਲਰ ਭਰਤੀ ਆ ਦੋਸਤੋ, ਪੰਜਾਬ ਸਰਕਾਰ ਦੇ ਅਧੀਨ ਇਹ ਭਰਤੀ ਹੋਣੀ ਆ। ਤੇ ਇਹਦੇ ਵਿੱਚ ਦੋਸਤੋ ਪੋਸਟਾਂ ਕਿਹੜੀਆਂ ਕਿਹੜੀਆਂ, ਕੀ ਕੁਆਲੀਫਿਕੇਸ਼ਨ ਆ, ਪੇ ਸਕੇਲ ਕੀ ਰਹੇਗਾ, ਨੰਬਰ ਆਫ ਪੋਸਟਾਂ, ਪੂਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਦੋਸਤੋ, ਸਭ ਤੋਂ ਪਹਿਲੀ ਪੋਸਟ ਹੈ ਜੀ ਲੈਬੋਰਟਰੀ ਟੈਕਨੀਸ਼ੀਅਨ ਦੀ, ਜਾਂ ਫਿਰ ਇਹਨੂੰ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਗ੍ਰੇਡ 2 ਵੀ ਕਿਹਾ ਜਾਂਦਾ। ਤੇ ਇਹਦੇ ਲਈ ਕੁਆਲੀਫਿਕੇਸ਼ਨ ਜਿਹੜੀ ਰੱਖੀ ਗਈ ਆ, ਪਲੱਸ 2 ਤੁਸੀਂ ਕੀਤੀ ਹੋਵੇ, ਠੀਕ ਹੈ, ਤਿੰਨ ਕੁਆਲੀਫਿਕੇਸ਼ਨਾਂ ਨੇ ਇਹਦੇ ਲਈ। ਸਭ ਤੋਂ ਪਹਿਲਾਂ ਤੁਸੀਂ ਪਲੱਸ 2 ਕੀਤੀ ਹੋਵੇ, ਪਲੱਸ 2 ਆ ਜਿਹੜੀ ਉਹਦੇ ਵਿੱਚ ਸਾਇੰਸ ਜ਼ਰੂਰ ਤੁਸੀਂ ਕੀਤੀ ਹੋਵੇ। ਉਸ ਤੋਂ ਬਾਅਦ ਜੀ ਸੈਕਿੰਡ ਤੇ ਤੁਸੀਂ BSc MLT ਕੀਤੀ ਹੋਵੇ, ਠੀਕ ਹੈ, ਡਿਗਰੀ ਕੀਤੀ ਹੋਵੇ ਭਾਵ ਕਿ MLT ਦੀ। ਦੈਨ ਦੋਸਤੋ ਤੀਜੀ ਜਿਹੜੀ ਸ਼ਰਤ ਹੈ ਉਹ ਹੈ ਜੀ ਤੁਹਾਡੇ ਕੋਲ 2 ਸਾਲ ਦਾ ਐਕਸਪੀਰੀਅੰਸ, 2 ਸਾਲ ਦਾ ਤਜਰਬਾ ਹੋਣਾ ਚਾਹੀਦਾ ਇਸ ਫੀਲਡ ਦੇ ਵਿੱਚ, ਠੀਕ ਹੈ, ਯਾਨੀ ਕਿ ਲੈਬੋਰਟਰੀ ਟੈਕਨੀਸ਼ੀਅਨ ਜਾਂ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨ ਦੀ ਜਿਹੜੀ ਵੀ ਜੌਬ ਪ੍ਰੋਫਾਈਲ ਹੁੰਦੀ ਹੈ ਜੀ ਉਹਦੇ ਵਿੱਚ। ਤੇ ਪੇ ਸਕੇਲ ਜਿਹੜਾ ਤੁਹਾਨੂੰ ਮਿਲੇਗਾ ਕਾਫੀ ਅੱਛਾ ਪੇ ਸਕੇਲ ਮਿਲ ਰਿਹਾ, 29,200 ਦਾ ਪੇ ਸਕੇਲ ਮਿਲੇਗਾ। 7 ਸੈਂਟਰਲ ਪੇ ਕਮਿਸ਼ਨ ਦੇ ਅਕੋਰਡਿੰਗ ਤੁਹਾਨੂੰ ਸੈਲਰੀ ਮਿਲਣੀ ਹੈ, ਲੈਵਲ 5 ਦਾ ਸਕੇਲ ਹੈ ਤੁਹਾਡਾ। ਉਸ ਤੋਂ ਬਾਅਦ ਜੀ ਇਹ ਇਨੀਸ਼ੀਅਲ ਸੈਲਰੀ ਹੈ ਤੁਹਾਡੀ ਜਿਹੜੀ ਡਿਊਰਿੰਗ ਪ੍ਰੋਬੇਸ਼ਨ 3 ਸਾਲ ਦੇ ਸਮੇਂ ਦੌਰਾਨ ਮਿਲੇਗੀ। ਨੰਬਰ ਆਫ ਪੋਸਟਾਂ ਦੀ ਗੱਲ ਕਰੀਏ ਤਾਂ 4 ਪੋਸਟਾਂ ਟੋਟਲ ਨੇ, ਜਿਹਦੇ ਵਿੱਚ ਇੱਕ ਪੋਸਟ ਜਨਰਲ ਲਈ ਆ, ਇੱਕ SCRO, ਇੱਕ ਪੋਸਟ ਜਿਹੜੀ ਜਨਰਲ ਐਕਸ ਸਰਵਿਸਮੈਨ ਫੀਮੇਲ ਦੇ ਲਈ ਆ, ਠੀਕ ਹੈ ਜੀ, ਇੱਕ ਪੋਸਟ ਜਿਹੜੀ BC ਫੀਮੇਲ ਦੇ ਲਈ ਆ। ਨੈਕਸਟ ਦੋਸਤੋ ਲੈਬੋਰਟਰੀ ਅਟੈਂਡੈਂਟ ਦੀ ਜਿਹੜੀ ਭਰਤੀ ਆ, ਪੋਸਟ ਹੈ ਲੈਬੋਰਟਰੀ ਅਟੈਂਡੈਂਟ ਦੇ ਲਈ, ਜਿਹੜੀ ਪਹਿਲੀ ਸ਼ਰਤ ਹੈ ਕਿ ਤੁਸੀਂ ਪਲੱਸ 2 ਵਿਦ ਸਾਇੰਸ ਪਾਸ ਹੋਣੇ ਚਾਹੀਦੇ ਹੋ। ਸੈਕਿੰਡ ਹੈ ਜੀ ਤੁਸੀਂ ਡਿਪਲੋਮਾ ਕੀਤਾ ਹੋਵੇ ਮੈਡੀਕਲ ਲੈਬੋਰਟਰੀ ਟੈਕਨੋਲੋਜੀ ਦੇ ਵਿੱਚ, ਯਾਨੀ ਕਿ MLT ਦੇ ਵਿੱਚ ਰੈਗੂਲਰ ਬੇਸਿਸ ਤੇ ਇਹ ਡਿਪਲੋਮਾ ਕੀਤਾ ਹੋਵੇ। ਥਰਡ ਹੈ ਜੀ 2 ਸਾਲ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਰੈਲੇਵੈਂਟ ਫੀਲਡ ਦੇ ਵਿੱਚ, ਠੀਕ ਹੈ ਜੀ। ਤੇ ਇਹਦੇ ਵਿੱਚ ਨੋਟ ਵੀ ਲਿਖਿਆ ਇਹਨਾਂ ਨੇ, ਨੋਟ 1 ਦੇ ਵਿੱਚ ਲਿਖਿਆ ਕਿ ਕੈਂਡੀਡੇਟ ਹੂ ਪੋਜ਼ੈਸ ਡਿਗਰੀ ਇਨ ਕੰਸਰਨ ਸਬਜੈਕਟ ਫਾਰ ਦਾ ਪੋਸਟ ਆਫ ਲੈਬੋਰਟਰੀ ਅਟੈਂਡੈਂਟ ਵਿਲ ਆਲਸੋ ਬੀ ਕੰਸੀਡਰਡ ਫਾਰ ਦਾ ਰੈਲੇਵੈਂਟ ਪੋਸਟ। ਕਹਿੰਦੇ ਮੰਗਿਆ ਸੀ ਡਿਪਲੋਮਾ, ਬਟ ਜੇ ਕਿਸੇ ਨੇ ਡਿਗਰੀ ਵੀ MLT ਦੇ ਵਿੱਚ ਕੀਤੀ ਹੋਈ ਆ ਤਾਂ ਉਹਨੂੰ ਵੀ ਅਸੀਂ ਕੰਸੀਡਰ ਕਰਾਂਗੇ ਲੈਬੋਰਟਰੀ ਅਟੈਂਡੈਂਟ ਦੀ ਪੋਸਟ ਦੇ ਲਈ। ਦੈਨ ਦੋਸਤੋ ਨੋਟ 2 ਦੇ ਵਿੱਚ ਇਹਨਾਂ ਲਿਖਿਆ ਕੋਰਸਪੋਂਡੈਂਸ ਡਿਪਲੋਮਾ ਕੋਰਸ ਵਿਲ ਨਾਟ ਬੀ ਕੰਸੀਡਰਡ, ਠੀਕ ਹੈ, ਜੇ ਕਿਸੇ ਨੇ ਕੋਰਸਪੋਂਡੈਂਸ ਕੀਤਾ ਹੋਏਗਾ ਡਿਪਲੋਮਾ ਕੋਰਸ ਉਹ ਕੰਸੀਡਰ ਨਹੀਂ ਕੀਤਾ ਜਾਏਗਾ। ਇਹ ਤੋਂ ਭਾਵ ਹੈ ਕਿ ਕਿਸੇ ਨੇ ਡਿਸਟੈਂਸ ਦੇ ਵਿੱਚ ਡਿਪਲੋਮਾ ਕੀਤਾ MLT ਦਾ ਉਹ ਕੰਸੀਡਰ ਨਹੀਂ ਕੀਤਾ ਜਾਣਾ, ਠੀਕ ਹੈ, ਜਿਹੜਾ CC ਥਰੂ ਕਰਦੇ ਆ ਕੈਂਡੀਡੇਟ। ਉਸ ਤੋਂ ਬਾਅਦ ਜੀ ਪੇ ਸਕੇਲ ਜਿਹੜਾ ਚ ਮਿਲਣਾ 19,900 ਦਾ ਪੇ ਸਕੇਲ ਮਿਲਣਾ ਲੈਵਲ 2 ਦੇ ਅਕੋਰਡਿੰਗ, ਇਨੀਸ਼ੀਅਲ ਸੈਲਰੀ 19,900। 2 ਪੋਸਟਾਂ ਵਿੱਚ ਦੋਸਤੋ, ਤੇ 2 ਪੋਸਟਾਂ ਜਿਹੜੀਆਂ ਇੱਕ SCRO ਲਈ ਹੈ, ਇੱਕ ਫਿਜ਼ੀਕਲੀ ਹੈਂਡੀਕੈਪ ਦੇ ਲਈ ਹੈ। ਦੈਨ ਦੋਸਤੋ ਲਾਇਬ੍ਰੇਰੀ ਅਸਿਸਟੈਂਟ ਦੀ ਭਰਤੀ ਹੈ ਜੀ, ਲਾਇਬ੍ਰੇਰੀ ਅਸਿਸਟੈਂਟ ਦੀਆਂ ਟੋਟਲ 3 ਪੋਸਟਾਂ ਜੀ। ਲਾਇਬ੍ਰੇਰੀ ਅਸਿਸਟੈਂਟ ਦੇ ਲਈ BA ਕੀਤੀ ਹੋਵੇ ਤੁਸੀਂ, 55% ਨੰਬਰ ਤੁਹਾਡੇ ਘੱਟੋ ਘੱਟ ਹੋਣੇ ਚਾਹੀਦੇ ਆ BA ਦੇ ਵਿੱਚ, ਤੇ ਉਹਦੇ ਨਾਲ ਤੁਸੀਂ BLIB ਦਾ ਕੋਰਸ ਕੀਤਾ ਹੋਵੇ ਲਾਇਬ੍ਰੇਰੀ ਸਾਇੰਸ ਦਾ, ਜਾਂ BLIB ਕੀਤੀ ਹੋਵੇ ਓਨਲੀ 55% ਨੰਬਰ ਤੁਹਾਡੇ BLIB ਜਾਂ ਲਾਇਬ੍ਰੇਰੀ ਸਾਇੰਸ ਦੇ ਕੋਰਸ ਦੇ ਵਿੱਚ ਹੋਣੇ ਚਾਹੀਦੇ, ਡਿਗਰੀ ਦੇ ਵਿੱਚ ਹੋਣੇ ਚਾਹੀਦੇ, ਠੀਕ ਹੈ ਜੀ। ਤੇ ਕਾਫੀ ਅੱਛਾ ਪੇ ਸਕੇਲ ਮਿਲ ਰਿਹਾ ਤੁਹਾਨੂੰ, 35,400 ਪੇ ਸਕੇਲ ਮਿਲ ਰਿਹਾ ਜੀ ਇਹਦੇ ਚ। ਇਨੀਸ਼ੀਅਲ ਸੈਲਰੀ ਜਿਹੜੀ, ਇੱਕ ਪੋਸਟ ਜਨਰਲ ਦੇ ਲਈ ਆ, ਇੱਕ ਪੋਸਟ ਜਨਰਲ ਫੀਮੇਲ ਦੇ ਲਈ ਆ, ਇੱਕ ਪੋਸਟ SCMB ਫੀਮੇਲ ਦੇ ਲਈ ਆ, 3 ਪੋਸਟਾਂ ਟੋਟਲ ਲਾਇਬ੍ਰੇਰੀ ਅਸਿਸਟੈਂਟ ਨੇ। ਦੈਨ ਦੋਸਤੋ ਜੂਨੀਅਰ ਮਾਈਕਰੋ ਬਾਇਓਲੋਜਿਸਟ ਦੀ ਭਰਤੀ ਹੈ ਜੀ, ਤੇ MSc ਮਾਈਕਰੋ ਬਾਇਓਲੋਜੀ ਦੇ ਵਿੱਚ ਕੀਤੀ ਹੋਵੇ ਵਿਦ ਮਿਨੀਮਮ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਇਸ ਫੀਲਡ ਦੇ ਵਿੱਚ। 47,600 ਦਾ ਜਿਹੜਾ ਪੇ ਸਕੇਲ ਮਿਲਦਾ ਜੀ ਲੈਵਲ 8 ਦੇ ਅਕੋਰਡਿੰਗ ਤੁਹਾਨੂੰ ਸੈਲਰੀ ਮਿਲਣੀ ਹੈ, ਇਨੀਸ਼ੀਅਲ ਪੇ ਹੈ ਜਿਹੜੀ 47,600 ਆ। ਇੱਕ ਪੋਸਟ ਹੈ ਜੀ ਜਨਰਲ ਕੈਟਾਗਰੀ ਦੇ ਲਈ, ਇਹ ਪੋਸਟ ਹੈ ਅਨਰਿਜ਼ਰਵਡ ਹੈ, ਭਾਵ ਕਿ ਵੈਸੇ ਕੋਈ ਵੀ ਇਹਦੇ 'ਚ ਅਪਲਾਈ ਕਰ ਸਕਦਾ, ਕੋਈ ਇਸ਼ੂ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਜੀ ਰਿਟਨ ਐਗਜ਼ਾਮੀਨੇਸ਼ਨ ਹੋਣਾ, ਜਿਹੜਾ ਕ੍ਰਾਈਟੀਰੀਆ ਰੱਖਿਆ ਗਿਆ ਰਿਕਰੂਟਮੈਂਟ ਦਾ ਉਹਦੇ ਲਈ ਰਿਟਨ ਐਗਜ਼ਾਮੀਨੇਸ਼ਨ ਹੋਣਾ ਜਿਹੜਾ 90 ਮਾਰਕਸ ਦਾ ਹੋਏਗਾ, ਐਕਸਪੀਰੀਅੰਸ ਦੇ 10 ਮਾਰਕਸ ਲੱਗਣਗੇ, ਠੀਕ ਹੈ ਜੀ, 1 ਸਾਲ ਦਾ 1 ਨੰਬਰ ਲੱਗੇਗਾ ਐਕਸਪੀਰੀਅੰਸ ਦਾ, ਠੀਕ ਹੈ। ਉਸ ਤੋਂ ਬਾਅਦ ਜੀ ਮਾਰਕਸ ਆਫ ਐਕਸਪੀਰੀਅੰਸ ਐਜ਼ ਪਰ ਆਰਡਰ, ਇੱਕ ਆਰਡਰ ਨਿਕਲਿਆ ਹੋਇਆ ਇਹਨਾਂ ਦਾ 2020 ਦੇ ਵਿੱਚ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਪੰਜਾਬ ਵੱਲੋਂ। ਕਹਿੰਦੇ ਐਕਸਪੀਰੀਅੰਸ ਦੇ ਮਾਰਕਸ ਆ ਜਿਹੜੇ ਉਹਨਾਂ ਨੂੰ ਦਿੱਤੇ ਜਾਣਗੇ, ਉਹਨਾਂ ਕੈਂਡੀਡੇਟਸ ਨੂੰ ਦਿੱਤੇ ਜਾਣਗੇ ਹੂ ਆਰ ਵਰਕਿੰਗ ਇਨ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਫਰੀਦਕੋਟ ਐਂਡ ਇਟਸ ਕੰਸਟੀਟਿਊਐਂਟ ਕਾਲਜਸ, ਹਸਪੀਟਲਸ, ਇੰਸਟੀਟਿਊਟਸ ਔਨ ਕੰਟਰੈਕਟ ਔਰ ਆਊਟਸੋਰਸ ਬੇਸਿਸ ਇਨ ਐਨੀ ਪ੍ਰੋਗਰਾਮ ਇਨ ਰੈਲੇਵੈਂਟ ਪੋਸਟ ਐਂਡ ਦਾ ਕੈਂਡੀਡੇਟਸ ਹੂ ਵਰ ਰਿਕਰੂਟਡ ਅੰਡਰ ਕੋਵਿਡ 19 ਗੌਰਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ
और पटियाला, ठीक है जी। तो एक्सपीरियंस वाले नोट कर लो कि कोई प्राइवेट एक्सपीरियंस नहीं चलना, ये एक्सपीरियंस उन्हों का चलेगा जिन्हों ने बाबा फरीद यूनिवर्सिटी फरीदकोट या ये जिन्हें भी एफिलेटेड कॉलेज ने इन्हों के बाबा फरीद यूनिवर्सिटी के, ठीक है जी, या फिर हस्पताल ने इन्हों के या फिर इन्हों के कोई होर इंस्टीट्यूट ने, ठीक है जी। तो उन्होंने जो तजर्बा होगा वो ये चलेगा। उत्थे या तो कंट्रैक्ट बेसिस से जॉब करते होने चाहिए हो या फिर आउटसोर्सिंग बेसिस से जॉब करते होने चाहिए हो, भाव कि किसी एजेंसी के थ्रू जॉब कर रहे हो, किसी भी प्रोग्राम के जॉब कर रहे हो, तुम उत्थे रेलीवेंट पोस्ट के लिए, रेलीवेंट पोस्ट तो भाव है भी जे मान लो तुम लैबोरेटरी अटेंडेंट का एक्सपीरियंस लाना तो उस पोस्ट लिए उत्थे जॉब कर रहे हो। तो इस अलावा जो कोविड 19 वाले कैंडीडेट रखे गए थे गवर्नमेंट मेडिकल कॉलेज अमृतसर से गवर्नमेंट मेडिकल कॉलेज पटियाला, तो उन्हों का भी एक्सपीरियंस ये चलेगा, बट पोस्ट जी रेलीवेंट होनी चाहिए है भी याद रखियो। एप्लीकेशन फीस, फीस यदि सब तो ज़्यादा होंगी है, ये आपां पहला भी देखिया, ठीक है। मेरा ख्याल PPSC तो भी अज के टाइम ज़्यादा फीस लै रहे हैं। जनरल कैटेगरी के लिए 1770 रुपए ये फीस लै रहे हैं जी, जिद 1500 रुपया वैसे फीस है, 270 रुपए GST है। SC कैटेगरी के लिए 885 रुपए फीस लै रहे हैं, 750 फीस है, 135 GST है। तो फीस का जोड़ा ये इशू काफ़ी व्डा, क्योंकि जे वैसे भी छोटी मोटी पोस्ट भी निकलती है वो भी 1770 ही फीस इन्हों की होंगी है, काफ़ी बार आप पहला भी देख चुके हैं। एज लिमिट है जी 18 to 37 साल एज लिमिट रखी गई है 1 January 2023 के अनुसार है जी। अपर एज रिलैक्सेशन पंजाब सरकार दी हदायतों के अनुसार जिम्मे 5 साल की एज रिलैक्सेशन होंगी है, ठीक है, SC BC कैंडिडेट्स नू। तो इस तो अलावा अपर एज रिलैक्सेशन जी उन्होंने भी दी जा रही है जेडे कॉन्ट्रैक्ट आउटसोर्सिंग बेसिस पर काम कर रहे हैं, ठीक है। जिम्मे मैं तेन पहला दसिया बाबा फरीद यूनिवर्सिटी या ने एफिलेटड जो भी कॉलेज हॉस्पिटल्स है उत्थे, ठीक है जी, जिन्ने साल उन्होंने काम किया होगा उन्ने साल की उन्होंने एज रिलैक्सेशन मिलेगी। उस तो बाद जी सैलरी है जी 7वें पे कमीशन के अकॉर्डिंग मिलनी है। पंजाबी की जानकारी तुम्हें होनी जरूरी है, 10वीं के पंजाबी पास तुम होने चाहिए हो। तो रिजर्वेशन पॉलिसी जी पंजाब सरकार दी हदायतों के अनुसार होएगी जी। जिहड़ा रिटन टैसट होगा घट्टो घट 33% नंबर पासिंग मार्क्स लैने जरूरी है, ये भी नोट कर लो। तो यह सी दोस्तों नोटिफिकेशन, सारी जानकारी तुम्हें दे दी है, बाकी कुछ नहीं पता लग रहा कमेंट सैक्शन के कमेंट कर सकते हो। नोटिफिकेशन का लिंक तुम्हें जरा डिस्क्रिप्शन भी मिल जाएगा, हमारे टैलीग्राम चैनल पर भी मिल जाएगा, दोनों जगह चैक कर लियो। तो चैनल में जरूर सबसक्राइब कर लो, कोई पहली बार विजिट कर रहे हो तो। धन्यवाद दोस्तों, सत श्री अकाल।